ਨਾਮ ਸਮੀਰ ਹੈ। ਮੇਰੀ ਉਮਰ 22 ਸਾਲ ਹੈ। ਕਈ ਵਾਰ ਆਪਣੇ ਸੁਪਨਿਆਂ ਵਿੱਚ ਮੈਂ ਆਪਣੀ ਬਬਲੀ ਭਾਬੀ ਨੂੰ ਉਹਨਾਂ ਦੀ ਤਾਰੀਫ ਵਿੱਚ ਕਹਿੰਦਾ ਸੀ, ਭਾਬੀ ਤੂੰ ਬਹੁਤ ਹੀ ਸੋਹਣੀ ਹੈ, ਮੇਰਾ ਦਿਲ ਤੇਰੇ ਰਸੀਲੇ ਬੁੱਲਾਂ ਦਾ ਰਸ ਪੀਣ ਨੂੰ ਕਰ ਰਿਹਾ ਹੈ। ਤੇਰੀਆਂ ਮੋਟੀਆਂ ਮੋਟੀਆਂ ਅੱਖਾਂ ਦਾ ਮੈਂ ਸ਼ਿਕਾਰ ਹੋ ਗਿਆ ਹਾਂ। ਤੇਰੀ ਪਤਲੀ ਕਮਰ ਨੂੰ ਵੇਖ ਕੇ ਮੇਰਾ ਦਿਲ ਇਸ ਨੂੰ ਛੂਹਣ ਨੂੰ ਕਰ ਰਿਹਾ ਹੈ। ਸੱਚ ਦੱਸਾਂ ਤਾਂ ਭਾਬੀ ਤੂੰ ਕਿਸੇ ਹੀਰੋਇਨ ਨਾਲੋਂ ਘੱਟ ਨਹੀਂ ਲੱਗਦੀ। ਉਹ ਵੀ ਮੁਸਕਰਾ ਕੇ ਕਹਿੰਦੀ ਹੈ, ਬਸ ਬਸ ਬਹੁਤ ਹੋ ਗਿਆ, ਇੰਨਾ ਵੀ ਝੂਠੀ ਤਾਰੀਫ ਨਾ ਕਰ ਮੇਰੀ। ਫਿਰ ਮੈਂ ਉਸਨੂੰ ਕਹਿੰਦਾ ਹਾਂ, ਭਾਬੀ ਜੇ ਮੈਂ ਝੂਠ ਬੋਲ ਰਿਹਾ ਹਾਂ ਤਾਂ ਰੱਬ ਕਰੇ ਮੈਂ ਹੁਣੇ ਹੀ ਮਰ ਜਾਵਾਂ। ਮੇਰੇ ਭਰਾ ਨੂੰ ਅਕਸਰ ਸ਼ਹਿਰੋਂ ਬਾਹਰ ਜਾਣਾ ਪੈਂਦਾ ਹੈ। ਇੱਕ ਵਾਰ ਭਾਬੀ ਨੇ ਕਾਲੇ ਰੰਗ ਦੀ ਸਾੜੀ ਅਤੇ ਬਲਾਊਜ਼ ਪਾਇਆ ਹੋਇਆ ਸੀ। ਬਲੈਕ ਸਾੜੀ 'ਚ ਉਹ ਬਹੁਤ ਹੀ ਕਮਾਲ ਦੀ ਲੱਗ ਰਹੀ ਸੀ। ਭਾਬੀ ਦਾ ਰੰਗ ਦੁੱਧ ਵਰਗਾ ਗੋਰਾ ਹੈ। ਮੈਂ ਉਸਦੀ ਬਹੁਤ ਤਾਰੀਫ ਕੀਤੀ ਅਤੇ ਕਿਹਾ, ਭਾਬੀ ਤੇਰੇ ਉੱਤੇ ਬਲੈਕ ਰੰਗ ਬਹੁਤ ਹੀ ਜ਼ਿਆਦਾ ਫੱਬਦਾ ਹੈ। ਉਸਨੇ ਹੱਸਦੀ ਹੋਈ ਨੇ ਕਿਹਾ, ਚੱਲ ਝੂਠਾ। ਮੈਂ ਆਪਣੇ ਮਨ ਵਿੱਚ ਇਹ ਸੁਪਨਾ ਸਜਾਉਂਦਾ ਰਹਿੰਦਾ ਸੀ ਕਿ ਉਹ ਸਮਾਂ ਕਦੋਂ ਆਵੇਗਾ ਜਦੋਂ ਮੈਂ ਭਾਬੀ ਨੂੰ ਹਾਸਲ ਕਰ ਲਵਾਂਗਾ ਅਤੇ ਉਸਨੂੰ ਸਵਰਗ ਵਿਖਾਵਾਂਗਾ। ਇੱਕ ਦਿਨ ਮੇਰੇ ਭਰਾ ਨੇ ਸਵੇਰੇ ਤੜਕੇ ਬਾਹਰ ਜਾਣਾ ਸੀ ਅਤੇ ਮੈਂ ਉਸਨੂੰ ਸਟੇਸ਼ਨ 'ਤੇ ਛੱਡ ਕੇ ਆਉਣਾ ਸੀ। ਮੈਂ ਸਵੇਰੇ ਜਲਦੀ ਉੱਠ ਗਿਆ। ਮੈਂ ਇਨਰਵੀਅਰ ਪਹਿਨ ਕੇ ਐਕਸਰਸਾਈਜ਼ ਕਰ ਰਿਹਾ ਸੀ ਕਿ ਅਚਾਨਕ ਉੱਥੇ ਭਾਬੀ ਆ ਗਈ। ਮੈਨੂੰ ਝਟਕਾ ਲੱਗਿਆ ਅਤੇ ਮੈਂ ਤੁਰੰਤ ਤੌਲੀਏ ਨੂੰ ਆਪਣੀ ਕਮਰ ਦੇ ਦੁਆਲੇ ਲਪੇਟ ਲਿਆ। ਉਹ ਮੇਰੇ ਕੋਲ ਆ ਕੇ ਬੋਲੀ, ਸਮੀਰ ਤੇਰੀ ਬੋਡੀ ਬਹੁਤ ਕਮਾਲ ਦੀ ਹੈ। ਉਸਨੇ ਮੇਰੀ ਬਾਂਹ ਫੜ ਕੇ ਕਿਹਾ, ਬੜੀ ਸਖਤ ਬਾਂਹ ਹੈ ਤੇਰੀ। ਫਿਰ ਉਹ ਛੇਤੀ ਨਾਲ ਬੋਲੀ, ਜਲਦੀ ਤਿਆਰ ਹੋ ਜਾ ਸਮੀਰ, ਤੇਰਾ ਭਰਾ ਤੈਨੂੰ ਉਡੀਕ ਰਿਹਾ ਹੈ, ਟ੍ਰੇਨ ਦਾ ਟਾਈਮ ਵੀ ਹੋਣ ਵਾਲਾ ਹੈ। ਫਿਰ ਮੈਂ ਆਪਣੇ ਭਰਾ ਨੂੰ ਸਟੇਸ਼ਨ 'ਤੇ ਛੱਡ ਦਿੱਤਾ ਅਤੇ ਉੱਥੋਂ ਹੀ ਸਿੱਧਾ ਕਾਲਜ ਲਈ ਚਲਿਆ ਗਿਆ। ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਇਆ ਤਾਂ ਭਾਬੀ ਗੁਆਂਢ ਵਿੱਚ ਕਿਸੇ ਨਾਲ ਗੱਲਾਂ ਕਰ ਰਹੀ ਸੀ। ਮੈਨੂੰ ਵੇਖ ਕੇ ਉਹ ਘਰ ਦੇ ਅੰਦਰ ਆ ਗਈ। ਅੱਜ ਉਸਨੇ ਗੂੜ੍ਹੇ ਨੀਲੇ ਰੰਗ ਦਾ ਗਾਊਨ ਪਹਿਨਿਆ ਹੋਇਆ ਸੀ ਅਤੇ ਜਿਵੇਂ ਹੀ ਉਹ ਅੰਦਰ ਆਈ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ। ਭਾਬੀ ਨੇ ਅੰਦਰ ਆਉਂਦੇ ਹੀ ਕਿਹਾ, ਕਿਉਂ ਸਮੀਰ, ਮੈਂ ਬਲੈਕ ਰੰਗ ਦੇ ਕੱਪੜਿਆਂ ਵਿੱਚ ਸੋਹਣੀ ਲੱਗਦੀ ਹਾਂ ਨਾ? ਮੈਂ ਕਿਹਾ, ਹਾਂ ਬਿਲਕੁਲ ਭਾਬੀ, ਤੁਹਾਡੇ ਗੋਰੇ ਰੰਗ ਉੱਤੇ ਬਲੈਕ ਰੰਗ ਬਹੁਤ ਹੀ ਜ਼ਿਆਦਾ ਫੱਬਦਾ ਹੈ। ਫਿਰ ਉਸਨੇ ਪੁੱਛਿਆ ਕਿ ਮੈਂ ਇਹਨਾਂ ਬਲੈਕ ਕੱਪੜਿਆਂ ਵਿੱਚ ਕਿਵੇਂ ਲੱਗ ਰਹੀ ਹਾਂ? ਮੈਂ ਹੱਸਦੇ ਹੋਏ ਨੇ ਕਿਹਾ, ਭਾਬੀ ਜੋ ਗਾਊਨ ਤੁਸੀਂ ਪਹਿਨਿਆ ਹੈ ਉਹ ਤਾਂ ਨੀਲੇ ਰੰਗ ਦਾ ਹੈ। ਉਸਨੇ ਸ਼ਰਾਰਤੀ ਅੰਦਾਜ਼ ਨਾਲ ਕਿਹਾ, ਉਸ ਦਿਨ ਤਾਂ ਤੂੰ ਕਹਿ ਰਿਹਾ ਸੀ ਕਿ ਭਾਬੀ ਤੁਸੀਂ ਬਲੈਕ ਰੰਗ ਦੇ ਕੱਪੜਿਆਂ ਵਿੱਚ ਅਪਸਰਾ ਲੱਗ ਰਹੀ ਹੋ, ਫਿਰ ਅੱਜ ਕੀ ਹੋਇਆ? ਮੈਂ ਕਿਹਾ, ਪਰ ਭਾਬੀ ਤੁਸੀਂ ਨੀਲੇ ਰੰਗ ਦਾ ਗਾਊਨ ਪਹਿਨਿਆ ਹੋਇਆ ਹੈ, ਕਾਲਾ ਨਹੀਂ। ਫਿਰ ਮੇਰਾ ਧਿਆਨ ਭਾਬੀ ਦੇ ਮੋਢੇ 'ਤੇ ਵਿਖ ਰਹੇ ਸਟਰੈਪ ਉੱਤੇ ਪਿਆ। ਮੈਂ ਅੱਗੇ ਵੱਧ ਕੇ ਸਟਰੈਪ ਦੇ ਹੇਠਾਂ ਆਪਣੀ ਉਂਗਲ ਪਾ ਕੇ ਉੱਤੇ ਚੁੱਕਦਿਆਂ ਕਿਹਾ, ਅੱਛਾ ਤਾਂ ਇਹ ਨੇ ਬਲੈਕ ਰੰਗ ਦੇ ਕੱਪੜੇ, ਪਰ ਇਹ ਤਾਂ ਚੰਗੀ ਤਰ੍ਹਾਂ ਵਿਖਾਈ ਨਹੀਂ ਦੇ ਰਹੇ, ਪਲੀਜ਼ ਭਾਬੀ ਮੈਨੂੰ ਵਿਖਾਓ ਨਾ, ਵਿਖਾਓ ਤਾਂ ਸਹੀ। ਭਾਬੀ ਕਹਿਣ ਲੱਗੀ, ਕੁਝ ਨਹੀਂ ਕੁਝ ਨਹੀਂ, ਮੈਂ ਤਾਂ ਮਜ਼ਾਕ ਕਰ ਰਹੀ ਸੀ। ਪਰ ਮੈਂ ਭਾਬੀ ਦਾ ਖਹਿੜਾ ਕਿੱਥੇ ਛੱਡਣ ਵਾਲਾ ਸੀ। ਮੈਂ ਕਿਹਾ, ਭਾਬੀ ਪਲੀਜ਼ ਮੈਨੂੰ ਇੱਕ ਵਾਰ ਵੇਖਣ 'ਤੇ ਦੇਵੋ, ਬਸ ਇੱਕ ਵਾਰ। ਇਹ ਸੁਣਦਿਆਂ ਸਾਰ ਭਾਬੀ ਨੇ ਗਾਊਨ ਦਿੱਤਾ। ਮੈਂ ਉਸ ਨੂੰ ਦੇਖਦਿਆਂ ਦੰਗ ਰਹਿ ਗਿਆ। ਭਾਬੀ ਇੰਨੀ ਜ਼ਿਆਦਾ ਸੋਹਣੀ ਲੱਗ ਰਹੀ ਸੀ, ਉਸਨੂੰ ਵੇਖ ਕੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਭਾਬੀ ਨਾਲ। ਭਾਬੀ ਕਹਿਣ ਲੱਗੀ, ਸਮੀਰ ਉਸ ਦਿਨ ਤਾਂ ਤੂੰ ਮੇਰੀ ਬਹੁਤ ਤਾਰੀਫ ਕਰ ਰਿਹਾ ਸੀ, ਅੱਜ ਕੀ ਹੋ ਗਿਆ? ਮੈਂ ਕਿਹਾ, ਭਾਬੀ ਮੈਂ ਪਹਿਲੀ ਵਾਰ ਕਿਸੇ ਔਰਤ ਨੂੰ ਇੰਨੇ ਨੇੜਿਓਂ ਵੇਖਿਆ ਹੈ, ਮੈਂ ਸੱਚ ਕਹਿ ਰਿਹਾ ਹਾਂ ਭਾਬੀ, ਇੰਨੀ ਸੋਹਣੀ ਗਦਰਾਈ ਹੋਈ ਜਵਾਨੀ ਮੈਂ ਪਹਿਲੀ ਵਾਰ ਵੇਖ ਰਿਹਾ ਹਾਂ। ਇਹ ਕਹਿੰਦੇ ਹੋਏ ਮੈਂ ਅੱਗੇ ਵਧਿਆ ਤਾਂ ਭਾਬੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੀ। ਮੈਂ ਭਾਬੀ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਨਾਲ ਲਾ ਲਿਆ। ਭਾਬੀ ਕਹਿਣ ਲੱਗੀ, ਇਹ ਕੀ ਕਰ ਰਿਹਾ ਹੈ, ਪਹਿਲਾਂ ਅੰਦਰ ਤਾਂ ਚੱਲ ਕਿ ਹੁਣ ਇੱਥੇ ਬਾਹਰ ਹੀ ਸਭ ਕੁਝ ਕਰੇਗਾ?
ਮੈਂ ਸਮਝ ਗਿਆ ਕਿ ਭਾਬੀ ਅੱਜ ਮੈਨੂੰ ਪਾਰਟੀ ਦੇ ਰਹੀ ਹੈ। ਅੰਦਰ ਜਾਂਦੇ ਹੀ ਮੈਂ ਭਾਬੀ ਨੂੰ ਆਪਣਾ ਖੇਡ ਦਿਖਾਉਣਾ ਸ਼ੁਰੂ ਕਰ ਦਿੱਤਾ। ਉਸਨੇ ਵੀ ਨਕਲੀ ਗੁੱਸੇ ਨਾਲ ਕਿਹਾ, ਸਮੀਰ ਇਹ ਕੀ ਕਰ ਰਿਹਾ ਹੈ? ਮੈਂ ਕਿਹਾ, ਭਾਬੀ ਹੁਣ ਤੁਸੀਂ ਵੇਖੋ ਮੈਂ ਤੁਹਾਨੂੰ ਕਿਵੇਂ ਜੰਨਤ ਦੀ ਸੈਰ ਕਰਵਾਉਂਦਾ ਹਾਂ। ਫਿਰ ਰਾਤ ਨੂੰ ਮੈਂ ਭਾਬੀ ਦੀ ਜ਼ੋਰਦਾਰ ਕੀਤੀ। ਪਤਾ ਨਹੀਂ ਕਦੋਂ ਅਸੀਂ ਦੋਵੇਂ ਸੌਂ ਗਏ। ਜਦੋਂ ਮੇਰੀ ਨੀਂਦ ਖੁੱਲ੍ਹੀ ਤਾਂ ਮੈਂ ਵੇਖਿਆ ਕਿ ਮੇਰੀ ਭਾਬੀ ਮੇਰੇ ਕੋਲ ਉਸੇ ਤਰ੍ਹਾਂ ਬੇਹੋਸ਼ ਹੋ ਕੇ ਸੌਂ ਰਹੀ ਸੀ। ਉਸਦੇ ਚਿਹਰੇ 'ਤੇ ਭਰਪੂਰ ਸੰਤੁਸ਼ਟੀ ਵਿਖਾਈ ਦੇ ਰਹੀ ਸੀ। ਉਸਦੇ ਬੁੱਲਾਂ 'ਤੇ ਬਹੁਤੀ ਹਲਕੀ ਜਿਹੀ ਮੁਸਕਰਾਹਟ ਦਿਖਾਈ ਦੇ ਰਹੀ ਸੀ। ਮੈਂ ਹੌਲੀ ਹੌਲੀ ਉੱਠ ਕੇ ਰਸੋਈ ਵਿੱਚ ਜਾ ਕੇ ਚਾਹ ਦੇ 2 ਕੱਪ ਬਣਾ ਕੇ ਲੈ ਆਇਆ। ਭਾਬੀ ਅਜੇ ਸੁੱਤੀ ਪਈ ਸੀ। ਮੈਂ ਉਸ ਕੋਲ ਗਿਆ ਤਾਂ ਭਾਬੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਮੁਸਕਰਾ ਕੇ ਮੇਰੀਆਂ ਅੱਖਾਂ ਵਿੱਚ ਵੇਖਣ ਲੱਗ ਪਈ। ਮੈਂ ਭਾਬੀ ਨੂੰ ਕਿਹਾ, ਭਾਬੀ ਤੁਸੀਂ ਸੌਣ ਦਾ ਬਹਾਨਾ ਕਰ ਰਹੀ ਸੀ? ਭਾਬੀ ਨੇ ਕਿਹਾ, ਮੈਂ ਤਾਂ ਉਦੋਂ ਹੀ ਜਾਗ ਗਈ ਸੀ ਜਦੋਂ ਤੂੰ ਉੱਠ ਕੇ ਗਿਆ ਸੀ। ਲਿਆ ਹੁਣ ਚਾਹ ਤਾਂ ਪਿਲਾ ਦੇ ਜੋ ਤੂੰ ਪਿਆਰ ਨਾਲ ਬਣਾ ਕੇ ਲੈ ਕੇ ਆਇਆ ਹੈ। ਫਿਰ ਅਸੀਂ ਦੋਵਾਂ ਨੇ ਚਾਹ ਪੀ ਲਈ। ਉਦੋਂ ਤੱਕ ਸਵੇਰ ਦੇ 8 ਵੱਜ ਚੁੱਕੇ ਸੀ। ਫਿਰ ਮੈਂ ਭਾਬੀ ਨੂੰ ਪੁੱਛਿਆ, ਭਾਬੀ ਤੁਹਾਨੂੰ ਕਿਵੇਂ ਲੱਗਿਆ? ਫਿਰ ਭਾਬੀ ਨੇ ਸੰਗਦੀ ਹੋਈ ਨੇ ਅੱਖਾਂ ਨੀਵੀਆਂ ਕਰ ਲਈਆਂ ਅਤੇ ਉਹ ਕੁਝ ਵੀ ਨਾ ਬੋਲੀ। ਮੈਂ ਉਸਦਾ ਚਿਹਰਾ ਠੋਡੀ ਤੋਂ ਫੜ ਕੇ ਉੱਪਰ ਚੁੱਕਿਆ ਅਤੇ ਉਸਨੂੰ ਦੁਬਾਰਾ ਤੋਂ ਪੁੱਛਿਆ, ਭਾਬੀ ਪਲੀਜ਼ ਦੱਸ ਨਾ ਤੁਹਾਨੂੰ ਮੇਰੇ ਨਾਲ ਕਿਵੇਂ ਲੱਗਿਆ? ਭਾਬੀ ਨੇ ਸ਼ਰਮੀਲੀ ਮੁਸਕਰਾਹਟ ਨਾਲ ਕਿਹਾ, ਬਹੁਤ ਮਜ਼ਾ ਆਇਆ। ਵੈਸੇ ਮਜ਼ਾ ਤਾਂ ਤੇਰੇ ਭਰਾ ਨਾਲ ਵੀ ਮੈਨੂੰ ਆਉਂਦਾ ਹੈ, ਪਰ ਤੇਰੇ ਅੰਦਰ ਨਵਾਂ ਜੋਸ਼ ਹੈ। ਜੋ ਗੱਲ ਤੇਰੇ ਅੰਦਰ ਹੈ ਉਹ ਤੇਰੇ ਭਰਾ ਵਿੱਚ ਘੱਟ ਹੈ। ਉਹ ਕੰਮ ਦੀ ਵਜ੍ਹਾ ਕਾਰਨ ਮੇਰੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਮੈਂ ਭਾਬੀ ਨੂੰ ਪੁੱਛਿਆ, ਕੀ ਤੁਹਾਨੂੰ ਪਹਿਲਾਂ ਭਰਾ ਨਾਲ ਇਸ ਤਰ੍ਹਾਂ ਦਾ ਮਜ਼ਾ ਆਉਂਦਾ ਸੀ? ਤਾਂ ਭਾਬੀ ਨੇ ਕਿਹਾ, ਵੇਖ ਸਮੀਰ, ਜੇ ਮੈਂ ਤੈਨੂੰ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਅਜਿਹਾ ਮਜ਼ਾ ਪਹਿਲਾਂ ਕਦੇ ਵੀ ਨਹੀਂ ਆਇਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇੰਨਾ ਵੀ ਜ਼ਿਆਦਾ ਮਜ਼ਾ ਆਉਂਦਾ ਹੋਵੇਗਾ। ਭਾਬੀ ਦੇ ਮੂੰਹੋਂ ਇਹ ਸਭ ਸੁਣ ਕੇ ਮੈਂ ਦੰਗ ਰਹਿ ਗਿਆ। ਫਿਰ ਮੈਂ ਕਿਹਾ, ਭਾਬੀ ਮੈਂ ਤੁਹਾਨੂੰ ਇੰਨਾ ਜ਼ਿਆਦਾ ਆਨੰਦ ਦਿੱਤਾ ਹੈ, ਮੈਨੂੰ ਕੁਝ ਇਨਾਮ ਤਾਂ ਮਿਲਣਾ ਚਾਹੀਦਾ ਹੈ। ਭਾਬੀ ਕਹਿਣ ਲੱਗੀ, ਹਾਂ ਸਮੀਰ ਤੂੰ ਇਨਾਮ ਦਾ ਹੱਕਦਾਰ ਤਾਂ ਹੈ, ਚੱਲ ਮੈਨੂੰ ਦੱਸ ਕਿ ਤੈਨੂੰ ਕੀ ਚਾਹੀਦਾ ਹੈ। ਫਿਰ ਮੈਂ ਮੁਸਕਰਾਉਂਦੇ ਹੋਏ ਨੇ ਕਿਹਾ, ਭਾਬੀ ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਮੈਨੂੰ ਤੂੰ ਮਿਲ ਗਈ ਹੈ, ਮੈਨੂੰ ਹੋਰ ਕੀ ਚਾਹੀਦਾ ਹੈ? ਉਹ ਬੋਲੀ, ਨਹੀਂ ਨਹੀਂ ਫਿਰ ਵੀ ਮੈਂ ਤੈਨੂੰ ਕੋਈ ਨਾ ਕੋਈ ਇਨਾਮ ਜ਼ਰੂਰ ਦੇਵਾਂਗੀ। ਮੈਂ ਕਿਹਾ, ਜਿਵੇਂ ਤੁਹਾਡੀ ਮਰਜ਼ੀ ਭਾਬੀ, ਪਰ ਜਦੋਂ ਵੀ ਮੈਂ ਆਪਣੇ ਵੱਲੋਂ ਤੁਹਾਡੇ ਤੋਂ ਕੁਝ ਮੰਗ ਲਿਆ ਤਾਂ ਤੁਹਾਨੂੰ ਜ਼ਰੂਰ ਦੇਣਾ ਪਏਗਾ। ਭਾਬੀ ਨੇ ਕਿਹਾ, ਹਾਂ ਜੇ ਮੇਰੇ ਵੱਸ ਵਿੱਚ ਹੋਇਆ ਤਾਂ ਮੈਂ ਜ਼ਰੂਰ ਦੇਵਾਂਗੀ। ਫਿਰ ਭਾਬੀ ਮੈਨੂੰ ਪੁੱਛਣ ਲੱਗੀ, ਸਮੀਰ ਹੁਣ ਮੈਨੂੰ ਇਹ ਦੱਸ ਕਿ ਖਾਣੇ ਵਿੱਚ ਕੀ ਬਣਾਵਾਂ? ਮੈਂ ਕਿਹਾ, ਹੁਣ ਕੁਝ ਬਣਾਉਣ ਨੂੰ ਰਹਿਣ ਦਵੋ, ਮੈਂ ਬਾਜ਼ਾਰੋਂ ਕੁਝ ਲੈ ਕੇ ਆਉਂਦਾ ਹਾਂ। ਫਿਰ ਮੈਂ ਭਾਬੀ ਨੂੰ ਛੇੜਨ ਲਈ ਕਿਹਾ, ਵੈਸੇ ਵੀ ਸਾਰੀ ਰਾਤ ਬਾਕੀ ਹੈ, ਤੁਸੀਂ ਮੈਨੂੰ ਖਾ ਲਿਓ ਅਤੇ ਮੈਂ ਤੁਹਾਨੂੰ ਖਾ ਲਵਾਂਗਾ। ਮੇਰੀ ਗੱਲ ਸੁਣ ਕੇ ਭਾਬੀ ਹੱਸਣ ਲੱਗ ਗਈ। ਫਿਰ ਮੈਂ ਬਾਜ਼ਾਰ ਜਾਣ ਲਈ ਉੱਠਿਆ ਅਤੇ ਕਿਹਾ, ਭਾਬੀ ਮੈਂ ਬਾਜ਼ਾਰ ਤੋਂ ਕੁਝ ਖਾਣ ਲਈ ਲੈ ਕੇ ਆਉਂਦਾ ਹਾਂ। ਭਾਬੀ ਇਹ ਕਹਿੰਦੇ ਹੋਏ ਮੇਰੇ ਨਾਲ ਹੀ ਖੜੀ ਹੋ ਗਈ ਕਿ ਦਰਵਾਜ਼ਾ ਵੀ ਬੰਦ ਕਰਨਾ ਹੈ। ਭਾਬੀ ਮੇਰੇ ਪਿੱਛੇ ਆਈ ਅਤੇ ਮੈਨੂੰ ਕਿਹਾ, ਸਮੀਰ ਵੇਖੀ ਤਾਂ ਬਾਹਰ ਕੋਈ ਹੈ ਤਾਂ ਨਹੀਂ, ਮੈਂ ਦਰਵਾਜ਼ਾ ਬੰਦ ਕਰ ਦੇਵਾਂ। ਜਦੋਂ ਮੈਂ ਬਾਜ਼ਾਰ ਤੋਂ ਵਾਪਸ ਆ ਕੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਉਹੀ ਨੀਲਾ ਗਾਊਨ ਪਹਿਨਿਆ ਹੋਇਆ ਸੀ। ਅੰਦਰ ਆਉਂਦੇ ਹੀ ਮੈਂ ਪੁੱਛਿਆ, ਭਾਬੀ ਤੁਸੀਂ ਗਾਊਨ ਕਿਉਂ ਪਾ ਲਿਆ? ਉਹ ਕਹਿਣ ਲੱਗੀ, ਸਮੀਰ ਅੱਜ ਤਾਂ ਬਸ ਬਚਾਅ ਹੀ ਹੋ ਗਿਆ, ਥੋੜ੍ਹੀ ਦੇਰ ਪਹਿਲਾਂ ਦਰਵਾਜ਼ੇ ਦੀ ਘੰਟੀ ਵੱਜੀ ਸੀ, ਮੈਂ ਸੋਚਿਆ ਕਿ ਤੂੰ ਹੀ ਹੋਵੇਂਗਾ ਅਤੇ ਮੈਂ ਬਿਨਾਂ ਗਾਉਣ ਤੋਂ ਦਰਵਾਜ਼ਾ ਖੋਲ੍ਹਣ ਹੀ ਵਾਲੀ ਸੀ ਕਿ ਤਾਂ ਦੀ ਗੁਆਂਢਣ ਨੀਤੂ ਦੀ ਆਵਾਜ਼ ਆਈ ਅਤੇ ਮੈਂ ਫਟਾਫਟ ਗਾਊਨ ਪਹਿਨ ਲਿਆ ਅਤੇ ਜਾ ਕੇ ਉਸਨੂੰ ਦਰਵਾਜ਼ਾ ਖੋਲ੍ਹਿਆ। ਥੋੜ੍ਹੀ ਦੇਰ ਬਾਅਦ ਮੈਂ ਵੇਖਿਆ ਕਿ ਭਾਬੀ ਉਦਾਸ ਹੋ ਗਈ। ਮੈਂ ਉਸਨੂੰ ਪੁੱਛਿਆ, ਕੀ ਹੋ ਗਿਆ ਭਾਬੀ, ਬੜੀ ਉਦਾਸ ਨਜ਼ਰ ਆ ਰਹੀ ਹੈ?
ਉਸਨੇ ਮਾਯੂਸ ਹੁੰਦੀ ਨੇ ਕਿਹਾ, ਸਮੀਰ ਮੇਰੇ ਵਿਆਹ ਨੂੰ 30 ਸਾਲ ਹੋ ਗਏ ਨੇ, ਮੈਨੂੰ ਅਜੇ ਤੱਕ ਮਾਂ ਬਣਨ ਦਾ ਸੁੱਖ ਨਹੀਂ ਮਿਲਿਆ। ਮੈਂ ਤੇਰੇ ਨਾਲ ਇਹ ਸਭ ਕੁਝ ਬੱਚਾ ਪੈਦਾ ਕਰਨ ਲਈ ਕੀਤਾ ਹੈ। ਭਾਬੀ ਰੋਂਦੀ ਰਹੀ ਅਤੇ ਗੱਲਾਂ ਕਰਦੀ ਰਹੀ। ਵੈਸੇ ਤੇਰੇ ਭਰਾ ਵਿੱਚ ਕੋਈ ਕਮੀ ਨਹੀਂ ਹੈ, ਉਹ ਮੈਨੂੰ ਬਹੁਤ ਮਜ਼ਾ ਦਿੰਦੇ ਨੇ, ਪਰ ਪਤਾ ਨਹੀਂ ਕਿਉਂ ਫਿਰ ਵੀ ਮੈਂ ਪ੍ਰੈਗਨੈਂਟ ਕਿਉਂ ਨਹੀਂ ਹੋ ਰਹੀ। ਹੁਣ ਵੇਖੋ ਤੂੰ ਕਿਹੜੇ ਗੁਲ ਖਿੜਾਉਂਦਾ ਹੈ। ਇਹ ਕਹਿ ਕੇ ਭਾਬੀ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਮੈਂ ਅੱਗੇ ਵੱਧ ਕੇ ਭਾਬੀ ਨੂੰ ਜੱਫੀ ਵਿੱਚ ਲੈ ਲਿਆ ਅਤੇ ਕਿਹਾ, ਰੱਬ ਕਰੇ ਅਗਲੇ ਸਾਲ ਮੈਂ ਚਾਚਾ ਬਣ ਜਾਵਾਂਗਾ। ਫਿਰ ਭਾਬੀ ਨੇ ਭਰੇ ਗਲੇ ਨਾਲ ਕਿਹਾ, ਹਾਂ ਸਮੀਰ, ਜੇ ਅਜਿਹਾ ਹੋ ਗਿਆ ਤਾਂ ਮੈਂ ਤੈਨੂੰ ਮੂੰਹੋਂ ਮੰਗਿਆ ਇਨਾਮ ਦੇਵਾਂਗੀ। ਮੈਂ ਹੱਸਦੇ ਹੋਏ ਨੇ ਕਿਹਾ, ਫਿਰ ਤਾਂ ਭਾਬੀ ਮੈਨੂੰ 2 ਇਨਾਮ ਮਿਲਣਗੇ। ਇੱਕ ਤਾਂ ਤੁਸੀਂ ਅੱਜ ਜੋ ਚਾਹ ਪੀਂਦੇ ਸਮੇਂ ਵਾਅਦਾ ਕੀਤਾ ਸੀ, ਅਤੇ ਦੂਜਾ ਜੋ ਅਗਲੇ ਸਾਲ ਜਾਂ ਇਸ ਤੋਂ ਪਹਿਲਾਂ ਵੀ ਮਿਲ ਸਕਦਾ ਹੈ। ਤਾਂ ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਅਜਿਹੀਆਂ ਮਨਮੋਹਕ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਕਿ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ। ਮਿਲਦੇ ਹਾਂ ਇੱਕ ਹੋਰ ਕਹਾਣੀ।